चंडीगढ़ के पंजाब भवन में बजट मीटिंग के दौरान पंजाब के शिक्षा मंत्री ओपी सोनी मीडिया से रूबरू हुए, जहां उन्होंने शिक्षकों को लेकर बड़ा बयान दिया। उन्होंने कहा कि शिक्षा के क्षेत्र में शिक्षकों की मांगों को लेकर सरकार कदम उठा रही है। उन्होंने शिक्षक यूनियनों की मांगों को लेकर कहा कि बच्चों की परीक्षा होने वाली है तो बच्चों की शिक्षा पर इनका असर न पड़े। और क्या कुछ कहा शिक्षा मंत्री सोनी ने, आप भी सुनिए। ਜਿਹੜੀਆਂ ਮੰਗਾਂ ਜਿਹੜੀਆਂ ਤੁਹਾਡੀਆਂ ਦੋ ਮੰਗਾਂ ਸੀਗੀਆਂ ਜਿਹੜੀਆਂ ਮੈਂ ਉੱਥੇ ਬੋਲ ਕੇ ਆਇਆ ਸੀ, ਇੱਕ ਮੈਂ ਇਹਨਾਂ ਨੂੰ ਕਿਹਾ ਸੀ, ਤੁਹਾਨੂੰ ਪਤਾ ਉੱਥੇ ਮੈਂ ਪਟਿਆਲੇ ਜਦੋਂ ਇਹਨਾਂ ਧਰਨਾ ਚੁੱਕਿਆ ਉਸ ਦਿਨ ਮੈਂ ਇਹ ਕੋਈ ਕਮਿਟਮੈਂਟ ਨਹੀਂ ਸੀ ਕੀਤੀ, ਜਿਹੜੇ ਸੈਟੀਆਂ ਵਾਲੇ ਟੀਚਰ ਨੇ ਜੋ ਉਹਨਾਂ ਦਾ ਕੈਬਨਿਟ 'ਚ ਹੋ ਗਿਆ ਉਹਦੇ ਨਾਲ ਮੈਂ ਕੋਈ ਐਗਰੀ ਉੱਥੇ ਕੀਤਾ ਹੀ ਨਹੀਂ ਸੀ, ਵੀ ਜਿਹੜਾ ਫੈਸਲਾ ਕੈਬਨਿਟ 'ਚ ਹੋ ਗਿਆ ਉਹ ਹੀ ਰਹੇਗਾ, ਬਾਕੀ ਜਿੰਨੀਆਂ ਤੁਹਾਡੀਆਂ ਡਿਮਾਂਡਸ ਨੇ ਉਹ ਅਸੀਂ ਮੰਨ ਲਈਆਂ ਸਰ। ਉਹ ਅੱਜ ਵੀ ਅਸੀਂ ਸਾਰੀਆਂ ਡਿਮਾਂਡਸ ਮੰਨੀਆਂ ਨੇ ਇਹਨਾਂ ਦੀਆਂ, ਅਸੀਂ ਹੁਣ 51-78 ਵਾਲੀ, ਤੁਹਾਨੂੰ ਪਤਾ ਜੇ ਜਨਵਰੀ ਕਿਹਾ ਤਾਂ ਜਨਵਰੀ ਤੱਕ ਹੋ ਜਾਣਾ, ਜੇ ਅਸੀਂ ਵਲੰਟੀਅਰ ਦਾ 1500 ਰੁਪਈਆ ਇਹਨਾਂ ਨੂੰ 1000 ਕਿਹਾ ਸੀ, ਇਹਨਾਂ ਉੱਥੇ ਕਿਹਾ ਤਾਂ 1500 ਕਰ ਦਿਓ, ਅਸੀਂ 1500 ਉੱਥੇ ਮੰਨਣਾ ਹੈ। ਸੋ ਇਹ ਜੋ ਵੀ ਕੁਛ ਇਹਨਾਂ ਨੇ ਮੰਨ ਕੇ ਆਏ ਹਾਂ, ਜਿਹੜੇ ਇਹਨਾਂ ਨੂੰ ਬਦਲਿਆ ਸੀਗਾ, ਜਿਹਨਾਂ ਇਹਨਾਂ ਨੂੰ ਸਸਪੈਂਡ ਕੀਤਾ ਸੀ, ਉਹ ਅਸੀਂ ਰੱਦ ਕਰ ਰਹੇ ਹਾਂ, ਸਾਰਾ ਕੁਝ ਕਰ ਰਹੇ ਹਾਂ। ਇਹਨਾਂ ਨੂੰ ਕਾਹਲਿਆ ਨਹੀਂ ਪੈਣਾ ਚਾਹੀਦਾ, ਇਹ ਪਤਾ ਨਹੀਂ ਕਿ ਇਹਨਾਂ ਨੂੰ ਫਿਕਰ ਹੋਣਾ ਚਾਹੀਦਾ ਵੀ ਬੱਚਿਆਂ ਦੇ ਪੇਪਰ ਨੇ, ਅਸੀਂ ਬੱਚਿਆਂ ਨੂੰ ਵੀ ਵੇਖਣਾ। ਹਾਂਜੀ, ਸੀਐਮ ਸਾਹਿਬ ਨਾਲ ਮੀਟਿੰਗ ਵੇਖੋ ਪਹਿਲਾਂ, ਮੇਰੇ ਨਾਲ ਤਾਂ ਕਰ ਲੈਣ ਜੀ, ਪਹਿਲਾਂ ਮੀਟਿੰਗ ਕਰਨ। ਜਿਹੜੀ ਗੱਲ ਇਹ ਕਹਿੰਦੇ ਨੇ ਇਹ ਫਿਰ ਉੱਥੇ ਆ ਗਏ ਵੀ ਜਿਹੜੇ 88-88 ਟੀਚਰਾਂ ਦਾ ਕੀਤਾ ਉਹਦੇ 'ਚੋਂ 6500 ਤਾਂ ਸਾਡੇ ਜੈਨ ਕਰ ਗਏ ਜੀ, ਰਹਿ ਕਿੰਨੇ ਗਏ 1500 ਰਹਿ ਗਿਆ, 8000 ਦੇ ਕਰੀਬ ਹੈਗਾ। ਵੇਖੋ ਕੁਛ ਵੀ ਹੋ ਸਕਦਾ ਜੀ, ਸਾਡਾ ਕੋਈ ਕਿਸੇ ਨਾਲ ਵੈਰ ਨਹੀਂ, ਸਾਡਾ ਕੋਈ ਯੂਨੀਅਨ ਦੇ ਲੀਡਰ ਨਾਲ ਕੋਈ ਨਹੀਂ, ਸਾਡੇ ਉਹ ਵੀ ਭਰਾ ਭਾਈ ਨੇ। ਮੈਂ ਨਹੀਂ ਕਹਿੰਦਾ ਕਿ ਸਾਡੀ ਐਜੂਕੇਸ਼ਨ ਦਾ ਨੁਕਸਾਨ ਹੋਏ, ਸਾਡੇ ਬੱਚਿਆਂ ਦਾ ਨੁਕਸਾਨ ਹੋਏ, ਪੇਪਰ ਸਿਰ 'ਤੇ ਨੇ। ਹੁਣ ਮਹਿਕਮੇ ਵਾਲਿਆਂ ਨੇ ਜੇ ਹੇਠਾਂ ਕੋਈ ਮਜਬੂਰੀ ਨਾਲ ਕਰ ਦਿੱਤਾ ਤਾਂ ਮੈਂ ਬੈਠਾ, ਮੈਨੂੰ ਮਿਲ ਲੈਣ, ਨਾ ਵੀ ਮਿਲਣਗੇ ਤਾਂ ਵੀ ਮੈਂ ਵੇਖ ਰਿਹਾ।